ਦੇ ਨਾਲ ਇੱਥੇ ਮੀਟਿੰਗ ਹੋਈ ਪਬਲਿਕ ਦੀ। ਆਮ ਲੋਕਾਂ ਦੇ ਵੀ ਨੁਮਾਇੰਦੇ ਵਿੱਚ ਆਏ ਔਰ ਆਮ ਲੋਕਾਂ ਦੀਆਂ ਜਿਹੜੀਆਂ ਛੋਟੀ ਮੋਟੀ ਕੰਪਲੇਂਟ ਸੀ ਉਹ ਵੀ ਕੀਤੀਆਂ। ਬਹੁਤ ਸੋਹਣੇ ਸੁਝਾਵ ਆਏ। ਮੇਨਲੀ ਸੁਝਾਵ ਜਿਹੜੇ ਸੀਗੇ ਉਹ ਟ੍ਰੈਫਿਕ ਨਾਲ ਰਿਲੇਟਡ ਹੈ ਜਾਂ ਇਨਕਰੋਚਮੈਂਟ ਨਾਲ ਰਿਲੇਟਡ ਹੈ, ਉਹ ਅਸੀਂ ਕਾਰਪੋਰੇਸ਼ਨ ਨਾਲ ਟੇਕਅਪ ਕਰਕੇ ਕਰਵਾਵਾਂਗੇ। ਉਹ ਪੁਲਿਸ ਦਾ ਜਿਹੜਾ ਹਿੱਸਾ ਹੈ ਸਾਡੇ ADCP ਟ੍ਰੈਫਿਕ ਮੈਡਮ ਨਾਲ ਹੋ ਕੇ ਲੋਕਲ ACP ਸੁਰਿੰਦਰ ਜੀ ਔਰ ਸਾਰੇ ਕਰਨਗੇ। ਇਸ ਤੋਂ ਇਲਾਵਾ ਚਾਈਨਾ ਡੋਰ ਦੀ ਗੱਲ ਹੋਈ ਹੈ, ਉਹਦੇ ਫਾਰਵਰਡ ਬੈਕਵਰਡ ਲਿੰਕਜੇ ਪਿੱਛੇ ਕਾਫੀ ਰਿਕਵਰੀਜ਼ ਹੋਈਆਂ, ਸੋ ਉਹਨੂੰ ਹੋਰ ਵੀ ਅਸੀਂ ਜਿਹੜੀ ਕੈਂਪੇਨ ਹੈ ਉਹਦੇ ਅਗੇਂਸਟ ਉਹ ਹੋਰ ਤੇਜ਼ ਕਰਾਂਗੇ, ਸੋ ਦੈਟ ਅਸੀਂ ਬਿਲਕੁਲ ਜੜ ਤੱਕ ਪਹੁੰਚ ਸਕੀਏ ਵੀ ਸਪਲਾਈ ਕਿੱਥੋਂ ਹੁੰਦੀ ਹੈ, ਜੋ ਇਹ ਮੇਨ ਡਿਮਾਂਡ ਸੀ। PCR ਦੀ ਵਹੀਕਲ ਦੀ ਡਿਮਾਂਡ ਹੈ 7 ਤੋਂ 7 ਦੀ ਮਜੀਠ ਚੌਂਕ ਦੇ ਵਿੱਚ, ਉਹ ਡੈਫੀਨੇਟਲੀ ਮੈਂ ਆਰਡਰ ਕਰ ਦਿੱਤੇ, ਅੱਜ ਹੀ ਪੂਰੀ ਹੋ ਜਾਏਗੀ। ਕੁਛ ਲੋਕਾਂ ਦੇ ਕੋਈ ਬੈਰੀਕੇਡਸ ਬਾਰੇ ਸੀ ਗੁਰਦੁਆਰੇ ਸ਼ਹੀਦਾਂ ਦੇ ਕੋਲ ਜਾਂ ਹੋਰ ਉਹ ਛੋਟੀ ਜਿਹੀ ਚੀਜ਼, ਉਹ ਮੈਡਮ ਇਸ ਤੋਂ ਬਾਅਦ ਜਾ ਕੇ ਉਹਨੂੰ ਆਪ ਉੱਥੇ ਮੌਕੇ 'ਤੇ ਦੇਖ ਕੇ ਰਿਜ਼ੋਲਵ ਕਰਾ ਦੇਣਗੇ, ਜੋ ਬੈਸਟ ਇਨ ਪਬਲਿਕ ਇੰਟਰਸਟ ਹੋਇਆ। ਬਾਕੀ ਦੇਖੋ ਜੀ, ਉਹ ਨਵੀਂ ਚੀਜ਼ ਇੱਕ ਪਤਾ ਲੱਗੀ ਹੈ, ਕਹਿੰਦੇ ਵੀ ਜਿਹੜੇ ਬੰਦੇ ਮਾਲਵੇ ਤੋਂ ਆਉਂਦੇ ਆ ਸ਼ਰਧਾਲੂ, ਉਹਨਾਂ ਨੂੰ ਦਰਬਾਰ ਸਾਹਿਬ ਜਾਣ ਵਾਸਤੇ GPS ਜਿਹੜਾ ਰਸਤਾ ਇਹ ਦਿਖਾਉਂਦਾ ਜਦੋਂ ਕਿ ਰਸਤਾ ਅੱਗੇ ਬੰਦ ਹੈ। ਸੋ ਕਾਰਪੋਰੇਸ਼ਨ ਨਾਲ ਮਿਲ ਕੇ ਅੱਜ ਹੀ ਇਮੀਡੀਏਟਲੀ ਅਸੀਂ ਬੋਰਡ ਉੱਥੇ ਲਵਾ ਦਿੰਦੇ ਹਾਂ ਔਰ ਉਹਨੂੰ ਕਲੀਅਰਲੀ ਜਿਹੜੇ ਪੁਲਿਸ ਆਫਿਸਰ ਉੱਥੇ ਲੱਗੇ ਆ ਉਹ ਵੀ ਲੋਕਾਂ ਨੂੰ ਗਾਈਡ ਕਰ ਦੇਣ। ਸਰ, ਟ੍ਰੈਫਿਕ ਨੂੰ ਲੈ ਕੇ ਸਮੱਸਿਆ ਤੇ ਜਿੰਨੀ ਮਰਜ਼ੀ ਲੋਕ ਦੱਸਦੇ ਪਏ ਨੇ, ਪੁਲਿਸ ਤੁਹਾਡੀ ਲੱਗੀ ਆ ਹਰ ਸਮੱਸਿਆ ਨੂੰ ਹੱਲ ਕਰਨ ਦਾ ਪੂਰਾ ਕਿਤੇ ਨਾ ਕਿਤੇ ਜਦੋਜਹਿਦ ਕਰਦੀ ਪਈ ਆ, ਪਰ ਜਗ੍ਹਾ ਉਨੀ ਆ, ਗੱਡੀਆਂ ਵੱਧਦੀਆਂ ਜਾ ਰਹੀਆਂ। ਲੱਗਦਾ ਨਹੀਂ ਕਿ ਕੋਈ ਇਸ ਤਰ੍ਹਾਂ ਦਾ ਪ੍ਰਪੋਜ਼ਲ ਸਰਕਾਰ ਦੇ ਕੇ ਰੱਖਿਆ ਜਾਵੇ ਕਿ ਹਰ ਸ਼ਹਿਰ ਦੇ ਚਾਰੋਂ ਪਾਸੇ ਬਾਹਰ ਪਾਰਕਿੰਗਾਂ ਬਣੀ ਜਾਣ, 4-wheeler 'ਤੇ ਕੋਈ ਅੰਦਰ ਨਾ ਆਵੇ, 2-wheeler 'ਤੇ ਅੰਦਰ ਆਵੇ, ਜਾਂ ਫਿਰ ਇਸ ਤਰ੍ਹਾਂ ਦੀ ਕੋਈ ਪੋਲਿਸੀ ਲੱਗਦਾ ਕਿ ਹੋਣੀ ਚਾਹੀਦੀ? ਦੇਖੋ, ਮੈਂ ਇੱਕ ਗੱਲ ਪਹਿਲਾਂ ਵੀ ਆਪਾਂ ਗੱਲ ਕੀਤੀ ਆ, ਉਹ ਕਾਰਪੋਰੇਸ਼ਨ ਵਾਲਿਆਂ ਨਾਲ ਟ੍ਰੈਫਿਕ ਦੀ ਮੀਟਿੰਗ ਅਸੀਂ ਕੀਤੀ ਸੀ DC ਸਾਹਿਬ ਨਾਲ ਗੱਲ ਕਰਕੇ। ਉਹਦੇ 'ਚ ਬੇਸਿਕ ਪੁਆਇੰਟ ਇਹ ਰੱਖਿਆ ਜ਼ਰੂਰ ਸੀ ਕਿ ਜੇ ਅਸੀਂ ਕਿਸੇ ਬੰਦੇ ਨੂੰ ਰੋਕਣਾ ਵੀ ਤੁਸੀਂ ਇਸ ਜਗ੍ਹਾ ਗੱਡੀ ਨਾ ਪਾਰਕ ਕਰੋ, ਤਾਂ ਸਾਨੂੰ ਉਹਦਾ ਆਨਸਰ ਸਾਡੇ ਕੋਲ ਜਵਾਬ ਚਾਹੀਦਾ ਕਿ ਆਲਟਰਨੇਟਿਵ ਪਾਰਕਿੰਗ ਨੂੰ ਅਸੀਂ ਗਾਈਡ ਕਰ ਸਕੀਏ। ਸੋ ਉਹ ਵਾਕਈ ਇੱਕ ਸਮੱਸਿਆ ਹੈਗੀ ਆ, ਉਹਦੇ 'ਤੇ ਵਰਕ ਕਰਨ ਵਾਸਤੇ ਆਲਰੇਡੀ ਮੈਂ ਰਿਕੁਐਸਟ ਕੀਤੀ ਆ ਕਾਰਪੋਰੇਸ਼ਨ ਨੂੰ। ਨਹੀਂ ਦੇ ਰਹੇ ਆ ਜੀ, ਸਾਰਾ ਬਹੁਤ ਵਧੀਆ ਸਾਡਾ ਆਪਸ 'ਚ ਸੰਬੰਧ ਹੈ, ਜਿੱਥੇ ਕੋਈ ਪ੍ਰੋਬਲਮ ਆਏਗੀ ਉਹਨੂੰ ਅਸੀਂ DC ਸਾਹਿਬ ਨਾਲ ਗੱਲ ਕਰਕੇ ਕਰ ਲਾਂਗੇ। ਸਰ, ਨਸ਼ੇ ਨੂੰ ਲੈ ਕੇ ਵੱਡੀ ਉਪਲਬਧੀ ਜਿਹੜੀ ਹੈ ਪੁਲਿਸ ਨੂੰ ਮਿਲਦੀ ਵੀ ਲਗਾਤਾਰ, ਪਰ ਫਿਰ ਵੀ ਜਿਹੜੇ ਨਿੱਕੇ ਨਿੱਕੇ ਨਸ਼ਾ ਜਿਹੜੇ ਵੇਚਣ ਵਾਲੇ ਜਾਂ ਫਿਰ ਕਰਨ ਵਾਲੇ ਆ, ਉਹਨਾਂ ਨੂੰ ਫੜਨ ਦੇ ਵਿੱਚ ਪੁਲਿਸ ਨੂੰ ਇਸ ਕਰਕੇ ਮੁਸ਼ਕਲ ਆਉਂਦੀ ਹੈ ਕਿ ਕਿਤੇ ਉਹਨੂੰ ਕੁਝ ਹੋ ਨਾ ਜਾਵੇ ਜੋ ਆਪਾਂ ਫੜ ਕੇ ਰੱਖੀਏ ਨਸ਼ੇ ਦੀ ਤੋੜ ਵੱਜਦੀ ਹੈ, ਤਾਂ ਉਹਨਾਂ ਵਾਸਤੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰਦੇ ਪਏ ਆਪਾਂ, ਕਿਸ ਤਰੀਕੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਕਰ ਸਕਦੇ? ਦੇਖੋ, ਸਭ ਤੋਂ ਬਹੁਤ ਵਧੀਆ ਉਹਦੇ 'ਚ ਇੱਕ ਪ੍ਰੋਵੀਜ਼ਨ ਹੈਗਾ NDPS ਅਗਲੇ 64A ਦਾ, ਤਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਕੇ ਬੜੀ ਮੈਨੂੰ ਖੁਸ਼ੀ ਹੋ ਰਹੀ ਹੈ ਕਿ 64A ਦੇ ਵਿੱਚ ਪ੍ਰੋਵੀਜ਼ਨ ਇਹ ਹੈ ਕਿ ਜਿਹੜਾ ਬੰਦਾ ਨਸ਼ੇ ਦਾ ਆਦੀ ਹੈ ਉਹ ਜੱਜ ਸਾਹਿਬ ਦੇ ਕੋਲ ਜਾ ਕੇ ਕੱਲ੍ਹ ਕਹਿ ਸਕਦਾ ਮੈਂ ਆਪਣਾ ਇਲਾਜ ਕਰਾਉਣ ਨੂੰ ਤਿਆਰ ਹਾਂ, ਤਾਂ ਉਹਦੇ 'ਚ ਜੱਜ ਸਾਹਿਬ ਉਹਨੂੰ ਰੀਹੈਬ ਸੈਂਟਰ ਭੇਜ ਦਿੰਦੇ, ਉਹਦੀ ਸਜ਼ਾ ਵੀ ਨਹੀਂ ਹੁੰਦੀ ਉਹਨੂੰ, ਅਤੇ ਉਹਨੂੰ ਰਿਫੋਰਮ ਕਰਨ ਦਾ ਇੱਕ ਵਧੀਆ ਮੌਕਾ ਮਿਲ ਜਾਂਦਾ। ਉਹਦੇ 'ਚ 12 ਇਹੋ ਜਿਹੇ ਵਿਅਕਤੀ ਆਲਰੇਡੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦਾਖਲ ਕਰਾ ਚੁੱਕੀ ਹੈ ਰੀਹੈਬ ਦੇ ਵਿੱਚ, ਔਰ ਇਹ ਜਿਹੜੀ ਸਾਡੀ ਕੈਂਪੇਨ ਹੈ ਚੱਲਦੀ ਰਹੂਗੀ। ਇਹ ਬਹੁਤ ਅੱਛਾ ਪ੍ਰੋਵੀਜ਼ਨ ਹੈ, ਇਹਨੂੰ ਇਹ ਸਿਰਫ ਇਹ ਹੈ ਵੀ ਇਹਨੂੰ ਯੂਟੀਲਾਈਜ਼ ਨਹੀਂ ਕੀਤਾ ਜਾ ਰਿਹਾ ਸੀ ਹੁਣ ਤੱਕ। ਦੁਕਾਨਦਾਰਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ, ਪਰ ਇੱਕ ਇਨਕਰੋਚਮੈਂਟ ਜਿੱਦਾਂ ਦੁਕਾਨਦਾਰ ਇੱਥੇ ਵਪਾਰੀ ਨੇ ਜੀ, ਜਿਹੜਾ ਸਮਾਨ ਆਉਣਾ ਉਹ ਤਾਂ ਚੰਗੇ ਇਹਨਾਂ ਦਾ ਆਉਣਾ ਹੀ ਹੈ ਜੀ, ਬਟ ਲੰਬਾ ਲੰਬਾ ਸਮਾਂ ਵਹੀਕਲ ਖੜੇ ਰਹਿੰਦੇ ਆ ਜੀ, ਇਹਨਾਂ ਨਾਲ ਉਹ ਵੀ ਕੋਈ ਗੱਲ ਕੀਤੀ ਕਿ ਆਪਣਾ ਸਮਾਨ ਉਤਾਰਨ, ਠੀਕ ਹੈ ਲੰਬਾ ਸਿਰ ਜਿਹੜੀ ਹੈ ਜਾਮ ਨਾ ਲੱਗੇ। ਦੇਖੋ, ਮੈਂ ਤਾਂ ਪਹਿਲਾਂ ਹੀ ਇਹ ਗੱਲ ਕੀਤੀ ਹੈ ਵੀ ਜੇ ਆਪਾਂ ਹਰ ਬੰਦਾ ਹੀ ਕੰਟਰੀਬਿਊਟ ਕਰੇਗਾ ਤਾਂ ਹੀ ਸਮੱਸਿਆ ਦਾ ਹੱਲ ਹੋਣਾ ਜੀ। ਇਕੱਲੀ ਪੁਲਿਸ ਜਾਂ ਇਕੱਲੀ ਕਾਰਪੋਰੇਸ਼ਨ ਨਹੀਂ, ਹਰੇਕ ਇਨਸਾਨ ਵੀ ਆਪਣੀ ਡਿਊਟੀ ਸਮਝੇ ਸਮਾਜ ਪ੍ਰਤੀ, ਉਹ ਇਹ ਸਾਰੇ ਬਹੁਤ ਰਿਸਪੈਕਟੇਬਲ ਹੈਗੇ ਆ ਔਰ ਸੈਂਸਿਟਿਵ ਨੇ ਇਸ ਗੱਲ ਨੂੰ। ਮੈਨੂੰ ਉਮੀਦ ਹੈ ਕਿ ਬਹੁਤ ਵਧੀਆ ਹੋਏਗਾ, ਜਦੋਂ ਇੱਕ ਗੱਲ
ਪਬਲਿਕ ਵਿਊ ਚ ਆ ਜਾਂਦੀ ਉਹਦਾ ਕੋਈ ਫਾਇਦਾ ਹੀ ਹੋਏਗਾ। ਅੱਛਾ ਸਰ, ਪਬਲਿਕ ਚੋਰ ਫੜ ਲੈਂਦੀ ਹੈ, ਬਾਈ ਦੇ ਵਿੱਚ ਚੋਰ ਫੜ ਲੈਂਦੀ ਹੈ ਪਬਲਿਕ, ਤਾਂ ਪਬਲਿਕ ਦੇ ਵਿੱਚੋਂ ਕੋਈ ਅੱਗੇ ਨਹੀਂ ਆਉਂਦਾ ਡਰਦਾ ਮਾਰਾ ਕਿ ਯਾਰ ਮੁੜ ਕੇ ਆਪਾਂ ਗਵਾਹ ਬਣਾਂਗੇ, ਸਾਨੂੰ ਦਿੱਕਤ ਹੋਏਗੀ? ਉਹਦੇ ਵਾਸਤੇ ਕੁਝ ਹੱਲ ਕੀਤਾ ਜਾਏਗਾ ਕਿ ਜੇਕਰ ਚੋਰ ਫੜਿਆ ਤਾਂ 112 ਨੰਬਰ ਦੀ ਆਪਣੇ ਕਿਸੇ ਵੀ ਪੁਲਿਸ ਵਾਲੇ ਨੂੰ ਕਾਲ ਕੀਤੀ ਜਾਵੇ ਤਾਂ ਚੋਰ ਨੂੰ ਫੜ ਲਿੱਤਾ ਜਾਵੇ ਤਾਂ ਕਾਬੂ ਕਰਕੇ ਨਹੀਂ, ਆਮ ਪਬਲਿਕ ਦੇਖ ਰਹੀ ਹੈ ਜੀ, ਇਹ ਤਾਂ ਚੱਲ ਹੀ ਰਿਹਾ ਆਲਰੇਡੀ, ਕੋਈ ਦਿੱਕਤ ਨਹੀਂ ਹੈ ਇਸ ਗੱਲ 'ਚ। ਅਸੀਂ ਤਾਂ ਦੇਖੋ ਪੁਲਿਸ ਦੀ ਪਰਫਾਰਮੈਂਸ ਹੀ ਇਸ ਬੇਸ 'ਤੇ ਮੈਂ ਤਾਂ ਦੇਖਦਾ ਵੀ ਕਿੰਨੇ ਬੰਦੇ ਡਿਟੈਕਟ ਕਰਦੇ ਆ ਉਹ, ਤਾਂ ਕੋਈ ਦਿੱਕਤ ਨਹੀਂ ਆਏਗੀ ਜੀ। ਬਿਲਕੁਲ ਜੀ ਬਿਲਕੁਲ ਯਾਰ, ਅਸੀਂ ਸਪੈਸ਼ਲ ਕੈਂਪੇਨ ਚਲਾ ਕੇ ਰੇਡ ਕਰਾਂਗੇ।